ਅਫਗਾਨਿਸਤਾਨ ਦੀ ਜ਼ਾਕਿਆ ਖੁਦਾਦਾਦੀ ਪੈਰਾਲੰਪਿਕ ਰਿਫਿਊਜ਼ੀ ਟੀਮ ਦੀ ਪਹਿਲੀ ਮੈਡਲ ਜੇਤੂ ਖਿਡਾਰਨ ਹਨ। ਮੈਂ ਬਹੁਤ ਖੁਸ਼ ਹਾਂ, ਮੈਨੂੰ ਮਾਣ ਹੈ ਕਿਉਂਕਿ ਮੈਂ 3 ਸਾਲ ਬਹੁਤ ਸੰਘਰਸ਼ ਕੀਤਾ, ਹਰ ਸਵੇਰ ਹਰ ਦੁਪਹਿਰ ਸਰਕਾਰ ਦੇ ਨਾਲ ਅਤੇ ਹੋਰ ਦਿੱਕਤਾਂ ਦੇ ਨਾਲ, ਪਰ ਮੈਂ ਜੇਤੂ ਰਹੀ। ਇਹ ਇੱਕ ਔਰਤ ਦਾ ਸੁਪਨਾ ਹੈ ਅਤੇ ਇਹ ਸੁਪਨਾ ਹੁਣ ਮੇਰੇ ਸਾਹਮਣੇ ਹੈ। 25 ਸਾਲਾ ਜ਼ਾਕਿਆ 2021 'ਚ ਤਾਲਿਬਾਨ ਦੇ ਸੱਤਾ 'ਚ ਆਉਣ ਮਗਰੋਂ ਕਾਬੁਲ ਤੋਂ ਚਲੇ ਗਏ ਸਨ। ਉਹ ਹੁਣ ਫਰਾਂਸ ਦੇ ਵਿੱਚ ਰਹਿੰਦੇ ਹਨ, ਜਿੱਥੇ ਉਹ ਤਾਇਕਵਾਂਡੋ ਦੀ ਸਿਖਲਾਈ ਲੈ ਰਹੇ ਹਨ। ਅੱਜ ਮੇਰੇ ਦੇਸ਼ ਅਫਗਾਨਿਸਤਾਨ ਦੇ ਵਿੱਚ ਔਰਤਾਂ ਅਤੇ ਕੁੜੀਆਂ ਦੀ ਜ਼ਿੰਦਗੀ ਆਸਾਨ ਨਹੀਂ ਹੈ, ਕਿਉਂਕਿ ਤਾਲਿਬਾਨ ਅਫਗਾਨਿਸਤਾਨ ਦੇ ਵਿੱਚ ਹੈ। ਸਾਰੀਆਂ ਔਰਤਾਂ ਦੇ ਲਈ ਸਾਰਾ ਕੁਝ ਖਤਮ ਹੋ ਗਿਆ ਹੈ। ਹੋ ਸਕਦਾ ਹੈ ਕਿ ਇਸ ਮੈਡਲ ਦੇ ਲਈ ਸਾਰੀਆਂ ਔਰਤਾਂ ਜਿਉਣਾ ਜਾਰੀ ਰੱਖਣ ਅਤੇ ਤਾਲਿਬਾਨ ਦੇ ਨਾਲ ਲੜਾਈ ਲੜਦੀਆਂ ਰਹਿਣ। ਅਸੀਂ ਇਕੱਠਿਆਂ ਮੇਰੇ ਦੇਸ਼ ਦੇ ਵਿੱਚ ਸ਼ਾਂਤੀ ਲਿਆ ਸਕਦੇ ਹਾਂ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਜਿੱਤ ਖਿਡਾਰੀਆਂ ਦੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰੇਗੀ। ਮੈਨੂੰ ਲੱਗਦਾ ਹੈ ਤੁਸੀਂ ਲਿੰਗ ਦੇ ਮੁੱਦੇ, ਔਰਤਾਂ ਲਈ ਘੱਟ ਮੌਕਿਆਂ ਅਤੇ ਅਪਾਹਜ ਔਰਤਾਂ, ਇਸ ਮਾਮਲੇ ਵਿੱਚ ਰਿਫਿਊਜ਼ੀ ਪੈਰਾ ਐਥਲੀਟਾਂ ਦੇ ਮੁੱਦੇ ਨੂੰ ਅੱਖੋਂ ਭਰੋਖੇ ਨਹੀਂ ਕਰ ਸਕਦੇ। ਇਹ ਬਹੁਤ ਵੱਡਾ ਹੈ ਅਤੇ ਸਾਨੂੰ ਉਮੀਦ ਹੈ ਇਹ ਹੋਰ ਨੌਜਵਾਨ ਔਰਤਾਂ ਨੂੰ ਪ੍ਰੇਰਨਾ ਦੇ ਸਕਦਾ ਹੈ ਕਿ ਉਹ ਖੇਡਾਂ ਵਿੱਚ ਭਾਗ ਲੈਣ ਅਤੇ ਇਸ ਨੂੰ ਵੇਖ ਸਕਣ ਅਤੇ ਚੰਗਾ ਮੁਕਾਮ ਹਾਸਲ ਕਰਨ ਦੀ ਪ੍ਰੇਰਨਾ ਲੈ ਸਕਣ ਅਤੇ ਪੂਰੀ ਮਿਹਨਤ ਕਰਨ। ਜ਼ਾਕਿਆ ਚਾਹੁੰਦੇ ਹਨ ਕਿ ਉਹਨਾਂ ਦੀ ਪ੍ਰਾਪਤੀ ਸਾਰੇ ਰਿਫਿਊਜੀਆਂ ਨੂੰ ਸੁਨੇਹਾ ਦੇਵੇ। ਮੈਂ ਪੈਰਾਲੰਪਿਕ ਰਿਫਿਊਜੀ ਟੀਮ ਦੇ ਵਿੱਚ ਇਕੱਲੀ ਔਰਤ ਹਾਂ। ਮੈਂ ਪੈਰਾਲੰਪਿਕ ਰਿਫਿਊਜੀ ਟੀਮ ਦੀ ਨੁਮਾਇੰਦਗੀ ਕੀਤੀ, ਮੈਂ ਕਾਂਸੀ ਦਾ ਤਗਮਾ ਜਿੱਤਿਆ, ਮੈਂ ਦੁਨੀਆ ਦੇ ਸਾਰੇ ਰਿਫਿਊਜੀਆਂ ਨੂੰ ਸੁਨੇਹਾ ਦਿੱਤਾ। ਉਮੀਦ, ਆਜ਼ਾਦੀ ਅਤੇ ਸ਼ਾਂਤੀ ਦਾ ਰਾਹ ਨਾ ਛੱਡੋ। ਅਸੀਂ ਸਾਰੇ ਇੱਕ ਦਿਨ ਦੁਨੀਆ ਦੇ ਵਿੱਚ ਸ਼ਾਂਤੀ ਲਿਆਵਾਂਗੇ।